ਦਾ ਸਾਈ ਤੂੰ ਕਿਰਪਾ ਨਿਧਾਨ ਹੈ ਮੇਹਰਾਂ ਦਾ ਸਾਈ ਤੂੰ ਕਿਰਪਾ ਨਿਧਾਨ ਹੈ ਕਿਰਪਾ ਨਿਧਾਨ ਹੈ ਮੇਰਾ ਦਾ ਸਾਈ ਤੂੰ ਤੇਰੇ ਦਰ ਆ ਕੇ ਬਾਬਾ ਖਾਲੀ ਨਾ ਜਾਵੇ ਕੋਈ ਮਨ ਮੰਗੀਆਂ ਮਿਲਣ ਮੁਰਾਦਾ ਹੁਣ ਤੇਰੇ ਗਾਵੇ ਸੋਈ ਐਸਾ ਦਰ ਤੇਰਾ ਤੇਰੀ ਸ਼ਕਤੀ ਮਹਾਨ ਹੈ ਵਾਹਿਗੁਰ ਦਾ ਜਾਪ ਜਪਾ ਕੇ ਭੁੱਲਿਆ ਨੂੰ ਰਸਤੇ ਪਾਇਆ ਭਵ ਸਾਗਰ ਪਾਰ ਕਰ ਗਿਆ ਜੋ ਤੇਰੇ ਦਰ ਤੇ ਆਇਆ ਦੁਖੀਆਂ ਦੇ ਦੁੱਖ ਮਿਟਾਵੇ ਬੜਾ ਮਿਹਰਬਾਨ ਹੈ ਮੇਰਾ ਦਾ ਸਾਈ ਤੂੰ ਕਿਰਪਾ ਨਿਧਾਨ ਹੈ ਮੇਰਾ ਦਾ ਸਾਈ ਤੂੰ ਕਿਰਪਾ ਨਿਧਾਨ ਹੈ ਮੇਰਾ ਦਾ ਸਾਈ ਤੂੰ ਸੇਵਾ ਤੇ ਸਿਮਰਨ ਬਾਬਾ ਸਭ ਨੂੰ ਤੂੰ ਬਖਸ਼ੀ ਜਾਵੇ ਸਭ ਨੂੰ ਤੂੰ ਬਖਸ਼ੀ ਜਾਵੇ ਸਭ ਨੂੰ ਤੂੰ ਬਖਸ਼ੀ ਜਾਵੇ ਨਾਮ ਦੇ ਭਰ ਭਰ ਬਾਟੇ ਸਭ ਦੀ ਤੂੰ ਝੋਲੀ ਪਾਵੇ ਸਭ ਦੀ ਤੂੰ ਝੋਲੀ ਪਾਵੇ ਸਭ ਦੀ ਤੂੰ ਝੋਲੀ ਪਾਵੇ ਸਿਮਰਨ ਦਾ ਸੋਮਾ ਹੈ ਤੂੰ ਸੇਵਾ ਦਿਸ਼ਾਨ ਹੈ ਮੇਰਾ ਦਾ ਸਾਈ ਤੂੰ ਕਿਰਪਾ ਨਿਧਾਨ ਹੈ ਮੇਰਾ ਦਾ ਸਾਈ ਤੂੰ ਕਿਰਪਾ ਨਿਧਾਨ ਹੈ ਮੇਰਾ ਦਾ ਸਾਈ ਤੂੰ ਸਾਹਿਬ ਨਾਮ ਅੱਲਾ ਦਾ
ਘੱਟ ਘੱਟ ਵਿੱਚ ਵਸਦਾ ਬਾਬਾ, ਸੂਫੀ ਫਕੀਰ ਬਾਬਾ ਫਰੀਦ ਜੀ ਉਹਨਾਂ ਨੇ ਇਸ ਸੰਸਾਰ ਤੇ ਆ ਕੇ ਉਸ ਅੱਲਾ ਤਾਲਾ ਉਸ ਅਕਾਲ ਪੁਰਖ ਪ੍ਰਭੂ ਦੇ ਨਾਮ ਦਾ ਐਸਾ ਪ੍ਰਚਾਰ ਕੀਤਾ। ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਦੁਨੀਆਂ ਨੂੰ ਉਹਨਾਂ ਨੇ ਕਿਸ ਤਰ੍ਹਾਂ ਕਿਸ ਢੰਗ ਦੇ ਨਾਲ ਸਿੱਧੇ ਰਸਤੇ ਪਾਏ। ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਇੱਕ ਦਿਨ ਪਿੰਡ ਦਾ ਜਗੀਰਦਾਰ ਚੌਧਰੀ ਗੱਡੇ ਉੱਤੇ ਸ਼ੱਕਰ ਦੀਆਂ ਬੋਰੀਆਂ ਲੱਦੀਆਂ ਤੇ ਬਾਜ਼ਾਰ ਵਿੱਚ ਵੇਚਣ ਵਾਸਤੇ ਮੰਡੀ ਦੇ ਵਿੱਚ ਵੇਚਣ ਵਾਸਤੇ ਜਾ ਰਹੇ। ਬਾਬਾ ਫਰੀਦ ਜੀ ਨੇ ਵੇਖਿਆ ਤੇ ਪੁੱਛਿਆ ਕਿ ਚੌਧਰੀ ਸਾਹਿਬ ਇਹਨਾਂ ਬੋਰੀਆਂ ਵਿੱਚ ਸ਼ੱਕਰ ਹੈ ਜਾਂ ਲੂਣ ਹੈ? ਪਰ ਚੌਧਰੀ ਨੇ ਜਗੀਰਦਾਰ ਨੇ ਝੂਠ ਬੋਲ ਦਿੱਤਾ ਹੈ। ਕਹਿੰਦੇ ਸਾਈਂ ਜੀ ਇਹਨਾਂ ਵਿੱਚ ਲੂਣ ਹੈ। ਬਾਬਾ ਜੀ ਨੇ ਪੁੱਛਿਆ ਸੀ ਕਿ ਲੂਣ ਹੈ ਜਾਂ ਸ਼ੱਕਰ ਹੈ? ਉਹਨੇ ਝੂਠ ਬੋਲਿਆ, ਕਹਿੰਦਾ ਲੂਣ। ਬਾਬਾ ਜੀ ਨੇ ਵਚਨ ਕੀਤਾ ਕਿ ਚੌਧਰੀ ਸਾਹਿਬ ਲੂਣ ਤਾਂ ਲੂਣ ਹੀ ਸਹੀ, ਪਰ ਇਹ ਸ਼ੱਕਰ ਦੇ ਭਾਅ ਵਿਕਣੇ। ਚੌਧਰੀ ਆਪਣਾ ਸ਼ੱਕਰ ਦੀਆਂ ਬੋਰੀਆਂ ਵਾਲਾ ਗੱਡਾ ਮੰਡੀ ਵਿੱਚ ਲੈ ਕੇ ਪਹੁੰਚੇ। ਅੱਗੇ ਐਸਾ ਸਮਾਂ ਆ ਗਿਆ ਮੰਡੀ ਦੇ ਵਿੱਚ, ਇਸ ਤਰ੍ਹਾਂ ਦਾ ਮਾਹੌਲ ਹੋ ਗਿਆ ਕਿ ਜਿਹੜਾ ਬਾਜ਼ਾਰ ਦੇ ਵਿੱਚ ਲੂਣ ਆਉਂਦਾ ਸੀ ਨਾ, ਉਹ ਬੰਦ ਹੋ ਗਿਆ। ਤੇ ਇੱਧਰ ਜਦੋਂ ਲੂਣ ਨਾ ਬਾਜ਼ਾਰ ਦੇ ਵਿੱਚ ਆਇਆ ਤਾਂ ਭਾਅ ਉਸ ਦੇ ਵੱਧ ਗਏ। ਤੇ ਜਦੋਂ ਪਿੰਡ ਦਾ ਚੌਧਰੀ ਜਗੀਰਦਾਰ ਮੰਡੀ ਦੇ ਵਿੱਚ ਪਹੁੰਚਿਆ, ਜਦੋਂ ਉਹਨੇ ਆਪਣੀਆਂ ਬੋਰੀਆਂ ਖੋਲੀਆਂ ਨਾ, ਤਾਂ ਸਾਧ ਸੰਗਤ ਲਿਆਇਆ ਉਹ ਪਿੰਡੋਂ ਸ਼ੱਕਰ ਸੀ। ਜਦੋਂ ਬੋਰੀਆਂ ਖੋਲੀਆਂ ਤੇ ਵੇਖਿਆ ਲੂਣ ਦੀਆਂ ਭਰੀਆਂ ਪਈਆਂ, ਕਿਉਂਕਿ ਝੂਠ ਬੋਲਿਆ ਸੀ ਬਾਬਾ ਜੀ ਨੂੰ। ਬੋਰੀਆਂ ਖੋਲੀਆਂ, ਸ਼ੱਕਰ ਦਾ ਲੂਣ ਬਣ ਗਏ। ਤੇ ਐਸਾ ਸਮਾਂ ਸੀ ਕਿ ਪਿੱਛੋਂ ਲੂਣ ਨਾ ਆਇਆ, ਲੂਣ ਦੇ ਭਾਅ ਚੜ ਗਏ। ਤੇ ਜਿਹੜਾ ਉਸ ਚੌਧਰੀ ਦਾ ਜੰਗੀਰਦਾਰ ਦਾ ਲੂਣ ਸੀ ਨਾ, ਉਹ ਬਾਬਾ ਫਰੀਦ ਜੀ ਦੀ ਕਿਰਪਾ ਨਾਲ ਰਹਿਮਤ ਦੁਆਰਾ ਸ਼ੱਕਰ ਦੇ ਭਾਅ ਵਿਕ ਗਏ। ਪਿਆਰ ਨਾਲ ਆਖੂ ਸਤਨਾਮ ਸ੍ਰੀ। ਐਸੀ ਬਾਬਾ ਫਰੀਦ ਜੀ ਦੀ ਕਰਨੀ, ਐਸੀ ਸ਼ਕਤੀ ਸਾਰੇ ਸੰਸਾਰ ਵਿੱਚ। ਇੱਕ ਕਵੀ ਇੱਕ ਸ਼ਹਿਰ ਆਖ ਰਿਹਾ ਕਿ ਬਾਬਾ ਫਰੀਦ ਜੀ ਦਾ ਨਾਮ ਉਸ ਅੱਲਾ ਦਾ, ਉਸ ਪ੍ਰਭੂ ਦਾ ਨਾਮ ਹੈ। ਬਾਬਾ ਫਰੀਦ ਜੀ ਦੀ ਕਿਸ ਤਰ੍ਹਾਂ ਸਾਰੇ ਸੰਸਾਰ ਅੰਦਰ ਵਿੜਿਆਈ ਹੈ, ਮਹਿਮਾ ਕਵੀ ਬਿਆਨ ਕਰ ਰਿਹਾ। ਫਰੀਦ ਸਾਹਿਬ ਨਾਮ ਅੱਲਾ ਦਾ, ਘੱਟ ਘੱਟ ਵਿੱਚ ਵਸਦਾ ਬਾਬਾ, ਦੁਨੀਆ ਵਿੱਚ ਨਾਮ ਹੈ ਇਸ ਦਾ, ਜਿਵੇਂ ਹੈ ਮੱਕਾ ਕਾਬਾ, ਜੈਤੋ ਦਾ ਤਾਰੀ ਤੈਥੋਂ ਚੰਦਨ ਕੁਰਬਾਨ ਹੈ, ਮੇਰਾ ਦਾ ਸਾਈਂ ਤੂੰ ਕਿਰਪਾ ਨਿਧਾਨ ਹੈ, ਮੇਰਾ ਦਾ ਸਾਈਂ ਤੂੰ ਕਿਰਪਾ ਨਿਧਾਨ ਹੈ, ਮੇਰਾ ਦਾ ਸਾਈਂ ਤੂੰ ਕਿਰਪਾ ਨਿਧਾਨ ਹੈ।